ਲੈ ਵੀ ਸੱਜਣੋ ਤੁਹਾਨੂੰ ਦਿਖਾਉਂਦੇ ਜੀ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ੍ਹ ਪੈਂਦੀ ਹੈ ਜੀ ਅਤੇ ਘੋੜੇ ਦਾ ਨਾਮ ਕੀ ਹੈ ਜੀ ਗੁਰਬਾਜ ਘੋੜੇ ਦਾ ਨਾਮ ਗੁਰਬਾਜ ਹੈ ਅਤੇ ਬਾਈ ਗੁਰਦੀਪ ਕੋਲ ਹੈ ਇਹ ਪਿੰਡ ਹੀਰਕੇ ਅਤੇ ਬਾਈ ਨਾਲ ਕਰਦੇ ਹਾਂ ਗੱਲਬਾਤ ਇਹਦੀ ਲੈਂਦੇ ਹਾਂ ਡਿਟੇਲ ਸਾਰੀ ਬਾਈ ਗੁਰਦੀਪ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਅਤੇ ਘੋੜੇ ਬਾਰੇ ਦੱਸੋ ਡਿਟੇਲ ਆਪਾਂ ਨੂੰ ਜੀ ਆਪਣਾ ਘੋੜਾ ਆਪਣੀ ਘੋੜੀ ਦਾ ਬੱਚਾ ਕਾਲੀ ਘੋੜੀ ਮਾਰਵਾੜੀ ਘੋੜੀ ਦਾ ਬੱਚਾ ਕਰੀ ਹਾਂ ਕਰੀ ਘੋੜੀ ਸੀ ਆਪਣੇ ਕੋਲ ਠੀਕ ਹੈ ਜੀ ਬੱਚਾ ਅਬਲਕ ਘੋੜੇ ਦਾ ਬੱਚਾ ਅਬਲਕ ਘੋੜੇ ਦਾ ਬੱਚਾ ਅਬਲਕ ਘੋੜੇ ਦਾ ਬੱਚਾ ਕਾਲੇ ਅਬਲਕ ਦਾ ਠੀਕ ਹੈ ਬਾਈ ਅਤੇ ਬਾਈ ਇਹਦਾ ਸਟੱਡ ਸਰਵਿਸ ਦਾ ਕਿਵੇਂ ਕੁਛ ਹੈਗਾ ਹਾਂ ਇਹਦੀ 21,000 ਰੁਪਇਆ ਫੀਸ ਆ ਆਪਣੀ 21,000 ਰੁਪਇਆ ਫੀਸ ਹੈ ਜੀ ਹਾਂਜੀ ਸਟੱਡ ਸਰਵਿਸ ਇਹ 2010-11 ਦਾ ਆਪਣਾ ਚੈਂਪੀਅਨ ਹੈ ਘੋੜਾ 2010-11 'ਚ ਮੁਕਤਸਰ ਮੇਲੇ 'ਤੇ ਚੈਂਪੀਅਨ ਰਿਹਾ ਜੀ ਬਾਦਲਾਂ ਵਾਲੇ ਘੋੜੇ ਨਾਲ ਬਾਈ ਰਾਜਹੰਸ ਘੋੜੇ ਨਾਲ ਜੀ ਰਾਜਹੰਸ ਘੋੜਾ ਬਾਦਲਾਂ ਕੋਲ ਹੈ ਜਿਹੜੇ ਦੇ ਨਾਲ ਇਹ 2010-11 ਦੇ ਵਿੱਚ ਇਹ ਚੈਂਪੀਅਨ ਰਿਹਾ ਅਤੇ 21,000 ਰੁਪਇਆ ਸਟੱਡ ਸਰਵਿਸ ਹੈ ਇਹਦੀ ਜੀ ਜੇ ਕਿਸੇ ਵੀਰ ਨੇ ਇਹ ਘੋੜੇ ਦੀ ਸਰਵਿਸ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਬਾਕੀ ਤੁਹਾਨੂੰ ਆਪਾਂ ਇੱਕ ਇਹਦੀ ਸਪੈਸ਼ਲ ਵੀਡੀਓ ਹੋਰ ਪਾ ਦਾਂਗੇ ਫਾਰਮ 'ਤੇ ਬਾਈ ਦੇ ਫਾਰਮ 'ਤੇ ਹੋਰ ਵੀ ਚੰਗੇ ਜਾਨਵਰ ਰੱਖੇ ਹੋਏ ਨੇ ਘੋੜੀਆਂ ਨੇ ਅਤੇ ਸੇਲ ਪਰਚੇਜ ਦਾ ਵੀ ਕਰਦੇ ਨੇਗੇ ਬਾਈ ਉਹ ਵੀ ਤੁਹਾਨੂੰ ਦਿਖਾ ਦਾਂਗੇ ਸਾਰੇ ਜਾਨਵਰ ਅਤੇ ਜਿਹਨੇ ਵੀ ਬਾਈ ਇਹ ਤੋਂ ਸਰਵਿਸ ਲੈਣੀ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਅਤੇ ਲੈ ਸਕਦੇ ਹੋ ਤੁਸੀਂ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਇੰਨੇ ਵਧੀਆ ਜਾਨਵਰ ਖੜ੍ਹੇ ਹੋਣ ਅਤੇ ਲੋਕਾਂ ਨੂੰ ਪਤਾ ਨਾ ਹੋਵੇ ਚੈਂਪੀਅਨ ਰਿਹਾ ਅਤੇ ਕਿਸੇ ਵੀ ਹੋਰ ਕਿੱਥੋਂ ਦੱਸ ਰਹੇ ਸੀ ਗਿੱਲਪੱਤੀ ਸੱਤ ਜ਼ਿਲ੍ਹਿਆਂ 'ਚ ਇਹ ਉੱਥੇ ਵੀ ਚੈਂਪੀਅਨ ਰਿਹਾ ਸੱਤ ਵਾਰੀ ਮਾਨਸਾ ਜ਼ਿਲ੍ਹੇ 'ਚ ਫਸਟ ਰਿਹਾ ਠੀਕ ਹੈ ਬਾਈ ਸਿਆਣਾ ਵਾਲਾ ਬਾਈ ਹੈ ਨਾ ਜਵਾਕ ਮਤਲਬ ਐਂ ਫਿਰਦੇ ਰਹਿੰਦੇ ਨੇ ਇਹ ਬਾਈ ਆਪਣੇ ਘਰ ਦੀ ਘੋੜੀ ਘਰ ਦਾ ਬੱਚਾ ਛੋਟੇ ਹੁੰਦੇ ਤੇ ਦਾਦਾ ਜੀ ਨੇ ਪਾਲਿਆ ਸੀ ਘੋੜਾ ਆਪਣਾ ਅੱਛਾ ਜੀ ਹਾਂ ਦਾਦਾ ਜੀ ਨੇ ਪਾਲਿਆ ਠੀਕ ਹੈ ਬਾਈ ਤੇ ਇੱਕ ਬਾਈ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਯਾਰ ਇਹਦੇ ਰਿਜ਼ਲਟ ਲੈਤੇ ਆ ਜਿਹੜੇ ਤੁਸੀਂ ਕਿੰਨਾ ਕੋਲ ਗਏ ਨੇ ਰਿਜ਼ਲਟ ਜੀ ਆਪਣਾ ਮੁੰਡਾ ਨਹਿਲ ਆ ਨਹਿਲ ਉਹ ਇੰਸਟਾ ਤੇ ਜਿਹੜਾ ਬਹੁਤ ਫੇਮਸ ਆ ਮੁੰਡਾ ਨਾ ਠੀਕ ਹੈ ਅੱਛਾ ਜਿਹੜੀ ਤੇ ਉਹ ਸਟੰਟ ਕਰਦਾ ਅੱਛਾ ਉਹ ਆਪਣੇ ਇਹਦੀ ਹੈ ਠੀਕ ਹੈ ਬਾਈ ਲੈ ਵੀ ਸੱਜਣੋ ਨਾਹਲ ਮੁੰਡਾ ਜਿਹੜਾ ਇੰਸਟਾਗ੍ਰਾਮ 'ਤੇ ਪੂਰਾ ਫੇਮਸ ਹੈ ਘੋੜੀ ਨਾਲ ਸਟੰਟ ਕਰਦਾ ਉਹ ਆਹ ਘੋੜੇ ਦੀ ਬੱਚੀ ਹੈ ਇੰਸਟਾ 'ਤੇ ਤੁਸੀਂ ਦੇਖ ਲਿਓ ਜੀ ਅਤੇ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲੈ ਲਿਓ ਵੀ ਇਹ ਘੋੜੇ ਦੇ ਰਿਜ਼ਲਟ ਕਿੰਨੇ ਕੁ ਵਧੀਆ ਨੇ ਬਾਕੀ ਆਪਾਂ ਤੁਹਾਨੂੰ ਪਿੰਡ ਬਣਾਵਾਂਗੇ ਬਾਈ ਹੁਣਾਂ ਕੋਲ ਫਾਰਮ 'ਤੇ ਬੱਚੇ ਦਿਖਾ ਦਾਂਗੇ ਸੇਲ ਵਾਸਤੇ ਹੁੰਦੇ ਨੇਗੇ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੈ ਤਾਂ ਬਾਈ ਨਾਲ ਗੁਰਦੀਪ ਨਾਲ ਕੰਟੈਕਟ ਕਰ ਲਿਓ 21,000 ਰੁਪਇਆ ਫੀਸ ਹੈ ਜੀ ਇਹਦੀ ਅਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਆਪਣਾ ਅਰੇਂਜਮੈਂਟ ਕਰ ਸਕਦੇ ਹੋ